ਦੁਨੀਆ ਦੇ ਸਭ ਤੋਂ ਜ਼ਹਿਰੀਲੇ ਸੱਪ ਦੇ ਕੱਟੇ ਦਾ ਇਲਾਜ, ਉਹ ਵੀ ਬਿਲਕੁਲ ਮੁਫਤ। ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਇਹ ਕਿਸ ਤਰ੍ਹਾਂ ਸੰਭਵ ਹੋ ਸਕਦਾ ਹੈ। ਦਰਅਸਲ ਇਹ ਸੰਗਰੂਰ ਦਾ ਪਿੰਡ ਬੜਰੁੱਖਾਂ, ਜਿੱਥੇ ਇਹ ਸਧਾਰਨ ਜੇ ਦਿਖਦੇ ਨੀਲੇ ਭਰਨੇ ਵਾਲਾ ਵੈਦ, ਜੋ ਹੁਣ ਤੱਕ ਲੱਖਾਂ ਦੀ ਗਿਣਤੀ 'ਚ ਵਿਅਕਤੀ ਦੀਆਂ ਜਾਨਾਂ ਬਚਾ ਚੁੱਕਿਆ ਹੈ, ਉਹ ਵੀ ਬਿਨਾਂ ਕਿਸੇ ਤੋਂ ਪੈਸੇ ਲਏ। ਦਰਅਸਲ ਇਹ ਬਜ਼ੁਰਗ ਉਹਨਾਂ ਮਰੀਜ਼ਾਂ ਦਾ ਇਲਾਜ ਕਰਦਾ ਹੈ ਜਿਨ੍ਹਾਂ ਨੂੰ ਵੱਡੇ ਵੱਡੇ ਹਸਪਤਾਲ ਤੇ ਡਾਕਟਰ ਹੱਥ ਨਹੀਂ ਪਾਉਂਦੇ। ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਆਖਰ ਇਸ ਬਜ਼ੁਰਗ ਦੇ ਹੱਥ 'ਚ ਅਜਿਹੀ ਕਿਹੜੀ ਕਲਾ ਹੈ ਜਿਸ ਨਾਲ ਇਹ ਲੱਖਾਂ ਦੀ ਗਿਣਤੀ 'ਚ ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਚੁੱਕੇ ਨੇ। ਦਰਅਸਲ ਇਹ ਬਜ਼ੁਰਗ ਨਿਸ਼ਕਾਮ ਸੇਵਾ ਕਰ ਰਿਹਾ, ਜੋ ਜ਼ਹਿਰੀਲੇ ਸੱਪਾਂ ਤੇ ਖੰਜ ਖੰਜੂਰੇ ਤੇ ਹੋਰ ਵੀ ਕਈ ਕਿਸਮ ਦੇ ਜਾਨਵਰਾਂ ਦੇ ਡਸੇ ਹੋਏ ਲੋਕਾਂ ਦਾ ਇਲਾਜ ਕਰਦਾ। ਜਦੋਂ ਸਾਡੀ ਟੀਮ ਨੇ ਇਸ ਪਿੰਡ ਦਾ ਦੌਰਾ ਕੀਤਾ ਤਾਂ ਪਤਾ ਲੱਗਿਆ ਕਿ ਇਸ ਤੋਂ ਇਲਾਜ ਕਰਵਾਉਣ ਵਾਲੇ ਲੋਕ ਹਮੇਸ਼ਾ ਇਸਦਾ ਧੰਨਵਾਦ ਕਰਦੇ ਨੇ, ਕਿਉਂਕਿ ਜਿਨ੍ਹਾਂ ਨੂੰ ਵੱਡੇ ਵੱਡੇ ਹਸਪਤਾਲ ਉਸ ਜ਼ਹਿਰ ਦਾ ਇਲਾਜ ਨਹੀਂ ਕਰਦੇ, ਉਹ ਰੋਗ ਦਾ ਇਹ ਬਜ਼ੁਰਗ ਘੰਟਿਆਂ 'ਚ ਇਲਾਜ ਕਰ ਦਿੰਦਾ। ਇਹ ਸੰਗਰੂਰ ਦੇ ਲਵੇ ਬਡਰੁੱਖਾਂ ਪਿੰਡ ਹੈਗਾ। ਪਹਿਲਾਂ ਸਾਡੇ ਬਾਪੂ ਜੀ ਕਰਦੇ ਤੇ ਉਹ ਸਵਾਮੀ ਚੱਤਦਾਸ ਜੀ ਤੋਂ ਸਿੱਖੇ ਦੇਗੇ, ਅਤੇ ਉਦੋਂ ਬਾਅਦ ਮੈਂ ਨਾਲ ਹੀ ਅਸੀਂ ਕਰੀ ਜਾਂਦੇ ਹਾਂ ਅਤੇ ਸਾਰਾ ਪਰਿਵਾਰ ਹੀ ਕਰੀ ਜਾਂਦਾ ਹੈਗਾ। ਜਾਣੀ ਬਹੁਤ ਦੂਰੋਂ ਦੂਰੋਂ ਕੇਸ ਆਉਂਦੇ ਨੇਗੇ ਅਤੇ ਸਾਰੇ ਰਾਜੀ ਹੋ ਕੇ ਚਲੇ ਜਾਂਦੇ ਨੇ। ਤੁਹਾਡੇ ਕੋਲ ਜਦੋਂ ਆਉਂਦੇ ਨੇ ਜੀ, ਕਿਸ ਤਰ੍ਹਾਂ ਹਾਲਤ ਹੁੰਦੀ ਆ ਮਰੀਜ਼ਾਂ ਦੀ? ਬਹੁਤ ਡਾਊਨ ਹੋਏ ਹੁੰਦੇ ਨੇਗੇ, ਬਹੁਤ ਦੇ ਸਾਡੇ ਜ਼ਹਿਰ ਚੱਲੀ ਨਹੀਂ ਹੁੰਦੀ, ਪਹਿਲੇ ਰੁਕ ਜਾਂਦੀ ਹੈਗੀ ਦਵਾਈ ਲਾਉਣ ਸਾਰੇ। ਬਜ਼ੁਰਗ ਨੇ ਦੱਸਿਆ ਕਿ ਉਹਨਾਂ ਕੋਲ ਦਵਾਈ ਹੈ ਜਿਸ ਦਵਾਈ ਨਾਲ ਉਹ ਵਿਅਕਤੀ ਦੇ ਸਰੀਰ 'ਚੋਂ ਜ਼ਹਿਰ ਕੱਢ ਦਿੰਦੇ ਨੇ। ਜਿਸ ਥਾਂ ਤੇ ਸੱਪ ਦਾ ਡੰਗ ਵੱਜਿਆ ਹੁੰਦਾ ਉਸ ਜਗ੍ਹਾ ਤੇ ਦਵਾਈ ਲਗਾਈ ਜਾਂਦੀ ਹੈ ਤੇ ਫਿਰ ਉਸ ਅੱਧਮਰੇ ਵਿਅਕਤੀ ਨੂੰ ਖਾਣ ਲਈ ਵੀ ਦਵਾਈ ਦਿੱਤੀ ਜਾਂਦੀ ਹੈ, ਜੋ ਸਰੀਰ ਦੇ ਅੰਦਰੂਨੀ ਇਨਫੈਕਸ਼ਨ ਨੂੰ ਉਲਟੀਆਂ ਰਾਹੀਂ ਬਾਹਰ ਕੱਢ ਦਿੰਦੀ ਹੈ। ਨਿਸ਼ਾਨ ਤੇ ਤਾਂ ਮਾੜਾ ਮੋਟਾ ਜੀ ਹੁੰਦਾ ਹੈਗਾ, ਐਵੇਂ ਜਿਵੇਂ ਕੰਡਾ ਲੱਗਦਾ ਹੁੰਦਾ ਇੰਨਾ ਕੀ ਹੁੰਦਾ ਹੈਗਾ। ਅੱਛਾ ਜੀ, ਕੋਈ ਹੋਰ ਸਾਲਾ ਸੂਲਾ ਕੁਛ ਨਹੀਂ ਹੁੰਦਾ ਸੱਪ ਦਾ? ਅਤੇ ਉਹਦਾ ਜੀ ਉਸ ਤੋਂ ਬਾਅਦ ਫਿਰ ਤੁਸੀਂ ਇਹ ਨਾ ਕਿਸ ਤਰ੍ਹਾਂ ਕਰਦੇ ਹੋ ਜੀ ਇਲਾਜ? ਅਸੀਂ ਉਹਦੇ ਪਸ ਲਾ ਕੇ ਦਵਾਈ ਲਾਉਂਦੇ ਹਾਂ, ਜੇ ਅੰਦਰ ਲੰਘੀ ਹੋਵੇ ਫਿਰ ਉਲਟੀ ਰਾਹੀਂ ਉਹ ਕਰ ਦਿਆਂਗੇ, ਦਵਾਈ ਦਿੰਦੇ ਹਾਂ ਉਹਦੇ ਨਾਲ ਉਲਟੀ ਆਉਂਦੀ ਹੈ ਫਿਰ ਜ਼ਹਿਰ ਨਿਕਲ ਜਾਂਦੀ ਅੰਦਰੋਂ। ਤੁਸੀਂ ਇਹਦਾ ਕੋਈ ਖਰਚਾ ਵਗੈਰਾ ਕੋਈ ਲੈਂਦੇ ਹੋ ਜੀ? ਨਹੀਂ, ਇਹਦਾ ਖਰਚਾ ਅਸੀਂ ਕੋਈ ਨਹੀਂ ਲੈਂਦੇ। ਬਹੁਤ ਵਧੀਆ ਗੱਲ ਹੈ ਜੀ, ਤੁਸੀਂ ਮਨੁੱਖਤਾ ਦੀ ਸੇਵਾ ਕਰ ਰਹੇ ਹੋ। ਦਰਅਸਲ ਇਹ ਕਲਾ ਬਜ਼ੁਰਗ ਨੂੰ ਉਸਦੇ ਆਪਣੇ ਬਜ਼ੁਰਗਾਂ ਤੋਂ ਮਿਲੀ ਹੈ। ਜਿੱਥੇ ਵੱਡੇ ਵੱਡੇ ਹਸਪਤਾਲਾਂ 'ਚ ਜ਼ਹਿਰ ਬਾਹਰ ਕੱਢਣ ਦਾ ਕੋਈ ਇਲਾਜ ਨਹੀਂ ਮਿਲਦਾ, ਉੱਥੇ ਇਹ ਬਜ਼ੁਰਗ ਉਹਨਾਂ ਲਈ ਕਾਫ਼ੀ ਲਾਹੇਵੰਦ ਸਾਬਤ ਹੁੰਦਾ ਹੈ। ਉਹਨਾਂ ਦੀ ਉਮਰ ਅੱਜ 93 ਸਾਲ ਦੀ ਹੋਊਗੀ। ਉਹ ਕਦੋਂ ਤੋਂ ਕਰ ਰਹੇ ਨੇ? ਉਹ ਤਾਂ ਮੈਨੂੰ ਤਾਂ ਡੰਗਰ ਜੇ ਚਾਰਦੇ ਹੁੰਦੇ, ਉਦੋਂ ਕਹਿੰਦੇ ਹੁੰਦੇ, ਕਹਿੰਦੇ ਅਸੀਂ ਡੰਗਰ ਚਾਰਦੇ ਚਾਰਦੇ ਸੰਤਾਂ ਨੇ ਦਵਾਈ ਸਜਾਈ ਜੀ 24 ਘੰਟੇ ਆਈਆਂ ਨੇ, ਕੋਈ ਟਾਈਮ ਨਹੀਂ ਹੈ ਇਹਦਾ, ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ, ਬਸ ਆਈ ਜਾਂਦੇ। ਇੱਥੇ ਬੈਠ ਕੇ ਤੁਸੀਂ ਕਦੋਂ ਕਿੰਨਾ ਚਿਰ ਅਟੈਂਡ ਕਰਦੇ ਹੋ ਜੀ? ਅਸੀਂ ਤੜਕੇ 7 ਵਜੇ ਆ ਜਾਂਦੇ ਹਾਂ, 7:30 ਵਾਂਗੂ ਜਾਂਦੇ ਹੈਗੇ, ਫਿਰ ਰਾਤ ਨੂੰ ਆਉਂਦੇ ਨੇਗੇ, ਉਹ ਘਰੇ ਲਾਈ ਜਾਂਦੇ। ਇਲਾਕਾ ਕਿੱਥੋਂ ਕਿੱਥੋਂ ਆਉਂਦੇ ਨੇ ਜੀ ਤੁਹਾਡੇ ਕੋਲ? ਬਹੁਤ ਦੂਰੋਂ ਦੂਰੋਂ ਆਉਂਦੇ ਨੇ, ਸਾਰੇ ਪੰਜਾਬ ਵਾਂਗੂ ਹੀ ਆ ਰਹੇ ਨੇ। ਤੁਹਾਨੂੰ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਕੋਈ ਸਹਿਯੋਗ ਮਿਲਦਾ ਜੀ? ਨਹੀਂ, ਕੋਈ ਸਹਿਯੋਗ ਨਹੀਂ ਮਿਲਦਾ। ਕੋਈ ਤੁਹਾਡੇ ਕੋਲ ਆਉਂਦੇ ਹੋਣ ਵੀ ਤੁਸੀਂ ਇਹ ਕਿਸ ਤਰ੍ਹਾਂ ਕਰਦੇ ਹੋ ਜਾਂ ਹੋਰ ਕੋਈ ਗੱਲਬਾਤ ਪੁੱਛਦੇ ਹੋਣ? ਤੁਹਾਨੂੰ ਇਹ ਚੈਨਲ ਵਾਲੇ ਦਾ ਜ਼ਰੂਰ ਪੁੱਛਣ ਆ ਜਾਂਦੇ ਨੇ ਕਿ ਹੋਰ ਸਾਨੂੰ ਕੋਈ ਉਹ ਨਹੀਂ ਹੈ, ਸਹਾਇਤਾ ਕਿਸੇ ਲੋੜ ਦੀ ਨਹੀਂ। ਨਹੀਂ, ਜਾਨਵਰ ਤਾਂ ਬਹੁਤ ਨੇਗੇ, ਜਾਣੀ ਠੂਹੇ ਠਾਹੇ ਜੇ ਹੁੰਦੇ, ਖੰਜ ਖਜੂਰਾ ਹੁੰਦਾ, ਚੀਜ਼ਾਂ ਬਹੁਤ ਨੇਗੀਆਂ ਜ਼ਹਿਰੀਲੀ ਨੇ ਜਿਹੜੀ ਕਰ ਦਿੰਦਾ ਇਲਾਜ ਇਹਨਾਂ ਦਾ ਉਸੇ ਦਵਾਈ ਨਾਲ। ਠੀਕ ਹੈ ਜੀ, ਕਿੰਨਾ ਕੁ ਦਿਨ ਚੱਲਦਾ ਜੀ ਇਹਦਾ ਇਲਾਜ? ਇਹਦਾ ਤਾਂ ਘੰਟਿਆਂ ਦਾ ਹਿਸਾਬ ਹੀ ਹੈ, ਬਹੁਤ ਘੰਟੇ 'ਚ ਰਾਜੀ ਹੋ ਜਾਂਦਾ ਬੰਦਾ। ਤੁਹਾਡੇ ਬੱਚੇ ਕਿਵੇਂ ਕਰਦੇ ਨੇ ਇਲਾਜ, ਤੁਹਾਡੇ ਨਾਲ ਸਹਿਯੋਗ ਕਰਦੇ? ਜਦੋਂ ਕਿਤੇ ਸਾਨੂੰ ਜਾਂ ਢਿੱਲ ਮੱਠ ਹੋਵੇ ਜਾਂ ਕਿਸੇ ਪਾਸੇ ਗਏ ਹੋਈਏ ਤਾਂ ਉਦੋਂ ਬੱਚੇ ਨੇਗੇ ਉਹ ਵੀ ਲਾਉਂਦੇ ਨੇ ਦਵਾਈ। ਬੇਟਾ ਹੈਗਾ ਉਹਦਾ ਨਾਂ ਗੁਰਵਿੰਦਰ ਸਿੰਘ ਹੈਗਾ, ਉਹ ਲਾਉਂਦਾ ਦਵਾਈ। ਦਰਸ਼ਨ ਸਿੰਘ? ਹਾਂ, ਦਰਸ਼ਨ ਵੀ ਲਾਉਂਦਾ। ਇਸ ਤੋਂ ਇਲਾਵਾ ਤੁਸੀਂ ਕੈਂਪ ਵਗੈਰਾ ਵੀ ਕੋਈ ਲਗਾਉਂਦੇ ਹੋ? ਅੱਖਾਂ ਦੇ ਕੈਂਪ ਲਾਉਂਦੇ ਹੁੰਦੇ ਤੇ ਅਸੀਂ ਹੁਣ ਜਾਣੀ 1.5 ਸਾਲ ਕਦੋਂ ਹਟੇ ਜੇ ਹੋਏ ਹਾਂ, ਪਹਿਲਾਂ ਕੈਂਪ ਲਾਉਂਦੇ ਤੇ
ਇੱਕ ਉੱਧਰ ਮਲੇਰਕੋਟਲੇ ਕਿੰਨੀ ਕਿਹੜਾ ਹਵਾ ਜਿਹਾ ਪੈ ਗਿਆ ਉਦੋਂ ਡਰਦੇ ਸੀ ਹਟ ਕੇ ਰੋਣ। ਅੱਛਾ ਜੀ, ਅਤੇ ਪਿੰਡ ਤੁਹਾਨੂੰ ਕਿੰਨਾ ਕੁ ਸਹਿਯੋਗ ਕਰਦਾ? ਨਹੀਂ, ਸਹਿਯੋਗ ਤਾਂ ਬਸ ਇਹੀ ਹੈ ਵੀ ਸਾਡੇ ਕੋਲ ਖੜ੍ਹ ਜਾਂਦੇ ਨੇਗੇ, ਪਾਣੀ ਤਾਂ ਨਹੀਂ ਫੜਾ ਦਿੰਦੇ ਨੇਗੇ, ਪਿੰਡ ਦਾ ਸਹਿਯੋਗ ਹੀ ਹੈ ਬਸ। ਇਸ ਤਰ੍ਹਾਂ ਦੇ ਇਲਾਜ ਕਰਨ ਵਾਲੇ ਬਹੁਤ ਘੱਟ ਮਿਲਦੇ ਨੇ ਜੋ ਇਸ ਤਰ੍ਹਾਂ ਅਧਮਰੇ ਲੋਕਾਂ ਦੀ ਜਾਨ ਬਚਾਉਂਦੇ ਨੇ। ਪੰਜਾਬ 'ਚ ਅਜਿਹੇ ਲੋਕ ਇੱਕ ਮਿਸਾਲ ਨੇ ਜੋ ਲੱਖਾਂ ਜ਼ਿੰਦਗੀਆਂ ਨੂੰ ਬਚਾ ਚੁੱਕੇ ਨੇ। ਬਾਬਾ ਜੀ ਨੂੰ ਬਹੁਤ ਚਿਰ ਹੋ ਗਏ, ਅਸੀਂ ਬਚਪਨ ਤੋਂ ਹੀ ਦੇਖਦੇ ਆ ਰਹੇ ਵੀ ਇਹ ਸੱਪਾਂ ਦਾ ਇਲਾਜ ਵਧੀਆ ਕਰਦੇ ਨੇ, ਕਿ ਅੱਜ ਦੁਨੀਆਂ ਦੇ 80-85 ਹਜ਼ਾਰ ਬੰਦਾ ਇਹਨਾਂ ਨੇ ਬਚਾ ਚੁੱਕੇ। ਅੱਜ ਇਹਨਾਂ ਦੇ ਪੋਤੇ ਪੜੋਤੇ ਸਾਰੇ ਦਵਾਈ ਲਾ ਰਹੇ ਨੇ ਪਿੰਡ ਦੇ ਵਿੱਚ, ਕਿ ਜਦ ਮਰਜ਼ੀ ਆਉਣ ਇਹ ਦਵਾਈ ਵਕਤ ਤਿਆਰ ਰਹਿੰਦੇ ਨੇ, ਸੇਵਾ ਕਰਦੇ ਨੇ। ਯਾਨੀ ਕਿ ਹਰ ਜਿਹੜੇ ਉਹਦੇ ਬਜ਼ੁਰਗ ਬੈਠੇ ਨੇ ਉਹ ਵੀ ਸੇਵਾ ਨੂੰ ਮੁੱਖ ਰੱਖਦੇ ਨੇ ਵੀ ਹਾਂ ਅਸੀਂ 24 ਘੰਟੇ ਉਹਦੇ ਬੈਠੇ ਰਹਿੰਦੇ ਬੁੜੇ। ਇਹ ਕਿੱਥੋਂ ਸਿੱਖੇ ਇਹ ਕੰਮ? ਇਹ ਇੱਥੇ ਸਾਡੇ ਪਿੰਡ 'ਚ ਡੇਰਾ ਤੀ ਬਾਬਾ ਅਤੇ ਦਾਲੂਮਾਲਾ ਗੁਰਦੁਆਰਾ ਜੀ, ਉੱਥੇ ਡੇਰਾ ਤੀ, ਉੱਥੋਂ ਸਿੱਖੇ ਨੇ ਬਚਪਨ ਤੋਂ ਦਵਾਈ ਇਹਨਾਂ ਨੇ। ਬਚਪਨ ਤੋਂ ਮੈਂ ਜਦੋਂ ਇਹਨਾਂ ਨੂੰ ਸੁਣਿਆ ਇੱਕ ਵਾਰੀ, ਇਹਨਾਂ ਨੇ ਜਦੋਂ ਪ੍ਰੈਕਟੀਕਲ ਕਰਕੇ ਦੇਖਿਆ, ਕਿਸੇ ਪਸ਼ੂ 'ਤੇ ਪ੍ਰੈਕਟੀਕਲ ਕਰਕੇ ਦੇਖਿਆ ਜੀ ਡੰਗਰ 'ਤੇ ਸਭ ਤੋਂ ਪਹਿਲਾਂ। ਹਾਂ, ਅਤੇ ਬੰਦਿਆਂ ਦੇ ਵਾਸਤੇ ਹੀ ਬਚਿਆ। ਕਿਸ ਤਰ੍ਹਾਂ ਦੀਆਂ ਦਿੰਦੇ ਨੇ ਇਹ? ਜਿਵੇਂ ਹੁਣ ਬੰਦੇ ਦੇ ਖੁਰਕ ਖਰਕ ਵੀ ਹੋ ਜਾਂਦੀ ਹੈ, ਦੇਸੀ ਦਵਾਈ ਵੀ ਦਿੰਦੇ ਨੇ, ਆਪਣੀ ਦਵਾਈ ਦਾ ਕੋਈ ਹੋਣੀ ਹੈ ਜੀ। ਠੀਕ ਹੈ ਜੀ। ਬਾਕੀ ਇਹਨਾਂ ਦੇ ਹੁਣ ਬੇਟਾ ਪੋਤਾ ਵੀ ਪੜੋਤਾ ਵੀ ਆਪਦੇ ਪੱਖੋਂ ਕੈਂਪ ਵੀ ਲਾਉਂਦੇ ਨੇ, 2 ਸਾਲ ਬਾਅਦ ਨੂੰ ਬਾਬਾ ਜੀ ਦੇ ਨਾਂ 'ਤੇ ਕੈਂਪ ਵੀ ਜਾਂਦਾ, ਖਾਣਾ ਕੈਂਪ ਵੀ ਲਾ ਲੈਂਦੇ। ਤੁਹਾਡਾ ਕੀ ਨਾਮ? ਮੇਰਾ ਨਾਮ ਹਰਪਾਲ ਸਿੰਘ ਭਾਜੀ ਹੈ। ਪੰਜਾਬੀ ਟੀਵੀ ਤੁਹਾਡੀ ਜ਼ਿੰਦਗੀ 'ਚ ਤੰਦਰੁਸਤੀ ਦੀ ਕਾਮਨਾ ਕਰਦਾ, ਪਰ ਕਦੇ ਵੀ ਇਸ ਤਰ੍ਹਾਂ ਜੇਕਰ ਕਿਸੇ ਨਾਲ ਵਾਪਰਦਾ ਤਾਂ ਉਸਦੀਆਂ ਕੁਛ ਮੌਕੇ 'ਤੇ ਦਿਮਾਗ ਤੋਂ ਕੰਮ ਲੈਣ ਵਾਲੀਆਂ ਗੱਲਾਂ ਵੀ ਸਾਹਮਣੇ ਆਈਆਂ। ਪਹਿਲੀ ਗੱਲ, ਜੇਕਰ ਕਿਸੇ ਨੂੰ ਸੱਪ ਜਾਂ ਜ਼ਹਿਰੀਲੀਆਂ ਕੋਈ ਵੀ ਜਾਨਵਰ ਡੱਸ ਲਵੇ ਤਾਂ ਉਸ ਮਰੀਜ਼ ਦੇ ਅੰਗ ਨੂੰ ਕੱਪੜੇ ਨਾਲ ਜ਼ੋਰ ਲਗਾ ਕੇ ਬੰਨ ਦਵੋ ਤਾਂ ਜੋ ਜ਼ਹਿਰ ਪੂਰੇ ਸਰੀਰ ਵਿੱਚ ਨਾ ਫੈਲ ਸਕੇ, ਅਤੇ ਇਸ ਹਾਲਾਤ 'ਚ ਮਰੀਜ਼ ਨੂੰ ਹੌਸਲਾ ਦੇਣਾ ਸਭ ਤੋਂ ਵੱਧ ਜ਼ਰੂਰੀ ਹੁੰਦਾ। ਜੇਕਰ ਤੁਸੀਂ ਡਾਕਟਰ ਜਾਂ ਵੈਦ ਤੋਂ ਕਾਫ਼ੀ ਦੂਰ ਹੋ ਪਰ ਤੁਹਾਨੂੰ ਲੱਗਦਾ ਕਿ ਸਮਾਂ ਜ਼ਿਆਦਾ ਲੱਗ ਸਕਦਾ, ਇੱਕ ਉਪਾਅ ਐਮਰਜੈਂਸੀ 'ਚ ਹੋਰ ਵੀ ਕੀਤਾ ਜਾ ਸਕਦਾ। ਟੀਕੇ ਦੀ ਸਰਿੰਜ ਨੂੰ ਮੂਹਰੋਂ ਕੱਟ ਕੇ ਉਸ ਮਰੀਜ਼ ਦੇ ਸੱਪ ਡਸਣ ਵਾਲੀ ਜਗ੍ਹਾ 'ਚ ਲਗਾ ਕੇ ਖੂਨ ਨੂੰ ਬਾਹਰ ਕੱਢ ਦੇਣਾ ਚਾਹੀਦਾ ਅਤੇ ਕੁਝ ਸਮੇਂ ਲਈ ਜ਼ਹਿਰ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕਦਾ। ਸੋ ਇਹ ਖ਼ਬਰ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਵੀ ਕਰ ਦਿਓ ਅਤੇ ਕਮੈਂਟ ਬਾਕਸ 'ਚ ਜ਼ਰੂਰ ਕਮੈਂਟ ਕਰੋ ਤਾਂ ਜੋ ਕਿਸੇ ਦੀ ਅਨਮੋਲ ਜ਼ਿੰਦਗੀ ਨੂੰ ਬਚਾਇਆ ਜਾ ਸਕੇ। ਸੰਗਰੂਰ ਤੋਂ ਮਲਕੀਤ ਜੰਮੂ ਦੀ ਰਿਪੋਰਟ, ਪੰਜਾਬੀ ਟੀਵੀ।